ਹਾਂਜੀ ਸਤਿ ਸ਼੍ਰੀ ਅਕਾਲ ਜੀ। ਨੈਕਸਟ ਆਪਣੇ ਕੋਲ ਹੈਗਾ ਜੀ ਅਖਬਾਰ ਪਹਿਰੇਦਾਰ। ਪਹਿਰੇਦਾਰ 8/1/2020 ਉਹਦੇ ਵਿੱਚ ਸੰਪਾਦਕੀ ਪੇਜ ਦੇ ਵਿੱਚੋਂ ਅੱਜ ਦਾ ਸਿੱਖ ਇਤਿਹਾਸ ਦੇ ਬਾਰੇ ਟੋਪਿਕ ਦਿੱਤਾ ਹੈਗਾ। ਅੱਜ ਦਾ ਇਤਿਹਾਸ ਅਜਿਹੇ ਸਿੱਖ ਦੇ ਬਹਾਦਰੀ ਦਾ ਪ੍ਰਤੀਕ ਹੈ ਜਿਹੜਾ ਅੰਗਰੇਜ਼ਾਂ ਦਾ ਪੱਕਾ ਵਿਰੋਧੀ ਸੀ। ਡੰਡੀ ਗੋਰੀ ਸਰਕਾਰ ਦੇ ਖਿਲਾਫ ਅਜਿਹੇ ਬਗਾਵਤ ਕੀਤੀ ਕਿ ਗਵਰਨਰ ਜਨਰਲ ਲਾਰਡ ਡਲਹੌਜ਼ੀ ਦਾ ਧਿਆਨ ਵੀ ਖਿੱਚਿਆ ਗਿਆ। ਡੰਡੀ ਆਪ ਨੇ ਲਾਹੌਰ ਦੇ ਅੰਗਰੇਜ਼ ਰੈਜ਼ੀਡੈਂਟ ਸਰ ਫਰੈਡਿਕ ਕਰੇ ਨੂੰ ਬਗਾਵਤ ਸੰਬੰਧੀ ਚਿੱਠੀ ਲਿਖੇ ਸੀ। ਡੰਡੀ ਉਹ ਸੂਰਬੀਰ ਸਰਦਾਰ ਰਾਮ ਸਿੰਘ ਨੂਰਪੁਰੀਆ ਹੈ। ਡੰਡੀ ਆਪ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਨ ਵਿੱਚ ਭਾਈ ਮਹਾਰਾਜਾ ਸਿੰਘ ਦੇ ਸਾਥੀ ਸਨ। ਡੰਡੀ ਆਪ ਨੂਰਪੁਰ ਪਠਾਨਕੋਟ ਨੇੜੇ ਰਿਆਸਤ ਦੇ ਰਾਜਾ ਵੀਰ ਸਿੰਘ ਦੇ ਵਜ਼ੀਰ ਸ਼ਿਆਮ ਸਿੰਘ ਪਠਾਨੀਆਂ ਦੇ ਸਪੁੱਤਰ ਸਨ। ਡੰਡੀ ਮਹਾਰਾਜਾ ਰਣਜੀਤ ਸਿੰਘ ਨੇ 1816 ਨੂੰ ਨੂਰਪੁਰ ਰਿਆਸਤ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਅਤੇ ਰਾਜਾ ਵੀਰ ਸਿੰਘ ਨੇ ਅੰਗਰੇਜ਼ੀ ਇਲਾਕੇ ਵਿੱਚ ਜਾ ਪਨਾਹ ਲਈ। ਡੰਡੀ ਸ਼ਾਇਦ ਸਰਦਾਰ ਰਾਮ ਸਿੰਘ ਨੂੰ ਪਿਤਾ ਵਾਲੇ ਵਜ਼ੀਰੇ ਦੇ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ ਅਤੇ ਰਾਜਾ ਵੀਰ ਸਿੰਘ ਦੇ ਨਾਲ ਹੀ ਅੰਗਰੇਜ਼ੀ ਇਲਾਕੇ ਵਿੱਚ ਰਹੇ ਸਨ। ਡੰਡੀ 1814 ਦੇ ਲਗਭਗ ਆਪ ਨੇ ਮਹਾਰਾਣੀ ਜਿੰਦਾ ਦੇ ਅਧੀਨ ਨੌਕਰੀ ਕਰ ਲਈ। ਡੰਡੀ ਆਪ ਮਹਾਰਾਣੀ ਜਿੰਦਾ ਦੇ ਵਿਸ਼ਵਾਸ ਪਾਤਰ ਸਨ। ਡੰਡੀ ਆਪ ਪੱਕੇ ਟਕਸਾਲੇ ਇਨਕਲਾਬੀ ਸਨ। ਡੰਡੀ ਆਪ ਭਾਈ ਮਹਾਰਾਜ ਸਿੰਘ ਨੂੰ ਝੰਗ ਵਿੱਚ ਜਾ ਮਿਲੇ। ਡੰਡੀ ਭਾਈ ਸਾਹਿਬ ਨੇ ਆਪ ਜੀ ਨੂੰ ਬਹੁਤ ਸਾਰੀ ਮਾਲੀ ਸਹਾਇਤਾ ਦੇ ਕੇ ਉਹ ਆਪਣੇ ਨਿੱਜੀ ਪਹਾੜੀ ਇਲਾਕੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਸੰਗਠਿਤ ਕਰੋ ਜਿਹੜੇ ਕਿ ਭਾਈ ਸਾਹਿਬ ਵੱਲੋਂ ਕੀਤੀ ਜਾ ਰਹੀ ਵੱਡੇ ਪੈਮਾਨੇ ਦੀ ਬਗਾਵਤ ਦਾ ਭਾਗ ਬਣ ਸਕੇ, ਕਿਉਂਕਿ ਸਿੱਖਾਂ ਦੁਆਰਾ ਪਹਿਲੀ ਲੜਾਈ ਹਾਰ ਜਾਣ ਪਿੱਛੋਂ ਅੰਗਰੇਜ਼ ਹੀ ਪੰਜਾਬ ਦੇ ਹਕੀਕੀ ਹਾਕਮ ਸਨ। ਡੰਡੀ ਪਰਾ ਸਰਦਾਰ ਰਾਮ ਸਿੰਘ ਨੂਰਪੁਰੀਆ ਨੇ ਸੰਨ 1848 ਦੇ ਅਖੀਰ ਵਿੱਚ ਬਾਹਰੀ ਦੁਆਬ ਵਿੱਚ ਬਗਾਵਤ ਕੀਤੀ ਅਤੇ ਜਲੰਧਰ ਦੁਆਬ ਦੇ ਅੰਗਰੇਜ਼ੀ ਇਲਾਕਿਆਂ ਵਾਸਤੇ ਵੀ ਖਤਰਾ ਬਣਿਆ। ਜਦੋਂ ਕਿ ਅਟਾਰੀ ਵਾਲੇ ਸਰਕਾਰ ਸਰਦਾਰ ਅਤਰ ਸਿੰਘ ਅਤੇ ਸ਼ੇਰ ਸਿੰਘ ਨੇ ਅੰਗਰੇਜ਼ ਦੇ ਖਿਲਾਫ ਖੁੱਲ੍ਹੀ ਬਗਾਵਤ ਕੀਤੀ ਸੀ। ਡੰਡੀ ਸਰਦਾਰ ਰਾਮ ਸਿੰਘ ਦਾ ਅੰਗਰੇਜ਼ਾਂ ਦੇ ਦਿਲਾਂ ਵਿੱਚ ਇੰਨਾ ਭੈ ਬੈਠਾ ਹੋਇਆ ਸੀ ਕਿ ਜਲੰਧਰ ਫੀਲਡ ਫੋਰਸ ਦੇ ਕਮਾਂਡਰ ਬ੍ਰਿਗੇਡੀਅਰ ਜਨਰਲ ਸਰ ਹਿਊਗ ਮਸੀ ਵੀਲਰ ਨੇ ਘੱਟ ਤੋਂ ਘੱਟ 4 ਪੈਦਲ ਬਟਾਲੀਅਨਾਂ ਅਤੇ 2 ਘੋੜਸਵਾਰ ਰੈਜੀਮੈਂਟ ਨਾਲ ਸਰਦਾਰ ਰਾਮ ਸਿੰਘ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਡੰਡੀ ਅਖੀਰ ਅੱਜ ਦੇ ਦਿਨ 8 ਜਨਵਰੀ 1849 ਨੂੰ ਨੂਰਪੁਰ ਨੇੜੇ ਬਾਸੂ ਜਾਂ ਬੰਸਾਂ ਦੇ ਲੜਾਈ ਵਿੱਚ ਰਾਮ ਸਿੰਘ ਨੂੰ ਹਾਰ ਦਿੱਤੀ। ਡੰਡੀ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਪਰ ਬਚ ਕੇ ਨਿਕਲ ਗਏ। ਡੰਡੀ ਸ਼ਾਇਦ ਬਾਅਦ ਵਿੱਚ ਆਪ ਫੜੇ ਗਏ ਅਤੇ ਜਲਾਵਤਨ ਕੀਤੇ ਗਏ। ਡੰਡੀ ਹਾਂਜੀ ਇਹ ਸੀ ਅਖਬਾਰ ਪਹਿਰੇਦਾਰ ਦੇ ਵਿੱਚੋਂ 8/1 ਦਾ ਅਖਬਾਰ ਆ।
उच्च संपादकी पेज आ इस पेज में लैन लिए जां वट्सअप मेरे ग्रुप में ज्वाइन है ही हैं जोड़े नहीं है उतों लै लेने ये उत्तर सेंड करूँगा आडियो थोड़े को पहुँचेगी लिखी ली तुम कुछ क वर्ड कुछ एक लैन गलत हुई बच्चों उन्होंने उस पेज ना मैच कर लेना इस लैन में जिमें असी हाँ जी बहुत सारी माली सहायता दे के कहा कि वो अपने निजी पहाड़ी इलाके अंग्रेज़ों के खिलाफ बगावत संगठित करे ये लाइन चो किहा वर्ड नहीं बोलिया गया सी वो तुसी इस पेज ना मैच कर लेना कोई गलती होंगी तो इनू टाइप करना प्रिंट आउट कढ़ो तो इस पेज ना मैच करना जिहड़ा पेज तुहानू मैं अपने वट्सअप ग्रुप से तुहानू उत्थे सेंड करूँगा ठीक है जी थैंक यू जी।